ਲੀਲਾਵਾਂ ਦਾ ਇਹ ਪ੍ਰਦਰਸ਼ਨ ਤੇ ਸੜਕ ਤੇ ਵਗ ਰਿਹਾ ਇਹ ਗੰਦਾ ਪਾਣੀ ਇਸ ਗੱਲ ਦੀ ਗਵਾਹੀ ਦੇ ਰਹੇ ਨੇ ਕਿ ਇਲਾਕੇ 'ਚ ਕਿਸ ਹੱਦ ਤੱਕ ਵਿਕਾਸ ਹੋਇਆ। ਇਹ ਤਸਵੀਰਾਂ ਬਠਿੰਡਾ ਦੇ ਪਿੰਡ ਲਹਿਰਾ ਮੁਹੱਬਤ ਦੀਆਂ ਨੇ, ਜਿੱਥੇ ਪਿੰਡ ਦੀਆਂ ਗਲੀਆਂ ਦੇ ਵਿੱਚ ਗੰਦਾ ਪਾਣੀ ਵਗ ਰਿਹਾ। ਜੇਕਰ ਤੁਸੀਂ ਸੜਕ ਪਾਰ ਕਰਨੀ ਹੈ ਤਾਂ ਤੁਹਾਨੂੰ ਪਹਿਲਾਂ ਇਸ ਗੰਦੇ ਪਾਣੀ ਤੋਂ ਨਿਕਲਣਾ ਪੈਣਾ। ਇਸ ਪਾਣੀ ਦੇ ਨਾਲ ਲੋਕਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ। ਇਹ ਗੰਦਾ ਪਾਣੀ ਲੋਕਾਂ ਦੇ ਘਰਾਂ ਦੇ ਅੰਦਰ ਜਾ ਰਿਹਾ। ਹਾਂਜੀ ਵੀਰ ਜੀ, ਸਾਨੂੰ ਬਹੁਤ ਸਮੱਸਿਆ ਆਉਂਦੀ ਹੈ। ਨੰਗਲ ਲੱਗਿਆ ਸਾਡੇ ਬਹੁਤ, ਰੋਟੀ ਨਹੀਂ ਸਾਡੇ ਤੋਂ ਖਾਧੀ ਜਾਂਦੀ ਹੈਗੀ। ਜੇ ਅਸੀਂ ਰੋਟੀ ਬਣਾ ਲੈਂਦੇ ਹਾਂ ਪਰ ਅਸੀਂ ਲੰਘਾਉਣੀ ਔਖੀ ਹੋ ਜਾਂਦੀ ਆ। ਵੋਟਾਂ ਲੈਣ ਵਾਸਤੇ ਸਾਰੇ ਆ ਜਾਂਦੇ ਆ ਪਰ ਸਾਡੀ ਆਹ ਸਮੱਸਿਆ ਕਿਸੇ ਨੂੰ ਨਹੀਂ ਦੇਖਦੀ। ਹੱਥ ਜੋੜ ਕੇ ਬੇਨਤੀ ਹੈ ਜੀ, ਸਾਡਾ ਹੱਲ ਕਰਨਾ ਚਾਹੀਦਾ। ਸਾਰੀਆਂ ਨਾਲੀਆਂ ਉੱਚੀਆਂ ਹੋ ਗਈਆਂ ਸਾਡੀ, ਨਾ ਨਾਲੀਆਂ ਬਣੀਆਂ ਨਾ ਗਲੀ ਉੱਚੀ ਹੋਈ ਆ। ਪਾਣੀ ਦੀ ਬਹੁਤ ਸਮੱਸਿਆ ਹੈ ਸਾਡੇ ਮਹੱਲੇ ਦੇ ਵਿੱਚ। ਤਕਰੀਬਨ ਸਾਰੇ ਪਿੰਡ 'ਚ ਸਾਡਾ ਇੱਕ ਮਹੱਲਾ ਹੈ ਜਿੱਥੇ ਪਾਣੀ 'ਤੇ ਬਹੁਤ ਜ਼ਿਆਦਾ ਪ੍ਰੋਬਲਮ ਆ, ਗੰਦੇ ਪਾਣੀ ਦੀ ਨਿਕਾਸੀ ਬਿਲਕੁਲ ਨਹੀਂ। ਇਸ ਲਈ ਅਸੀਂ ਤਾਂ ਇਹੀ ਬੇਨਤੀ ਕਰਦੇ ਹਾਂ ਵੀ ਜਿਹੜੀ ਸਾਡੇ ਪਾਣੀ ਦੀ ਨਿਕਾਸੀ ਆ ਉਹ ਕਰੀ ਜਾਵੇ। ਨਰਕ 'ਚ ਜੀ ਰਹੇ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਗੰਦੇ ਪਾਣੀ ਦੀ ਵਜ੍ਹਾ ਦੇ ਨਾਲ ਬਿਮਾਰੀਆਂ ਫੈਲ ਰਹੀਆਂ ਨੇ। ਇਲਾਕੇ ਤੇ ਵਿਧਾਇਕ ਤੇ ਪ੍ਰਸ਼ਾਸਨ ਦੇ ਵੱਲੋਂ ਸਮੱਸਿਆ ਦਾ ਕੋਈ ਹੱਲ ਨਹੀਂ ਕੱਢਿਆ ਜਾ ਰਿਹਾ। ਡੀਸੀ ਆਫਿਸ ਅਸੀਂ ਜਾਇਆ, ਇੱਕ ਕਮੇਟੀ 'ਚ ਅਸੀਂ ਫੋਨ ਕਰ ਕਰਕੇ ਥੱਕ ਗਏ। MLA ਸਾਹਿਬ ਕੋਲ ਅਸੀਂ ਜਾਇਆ, ਸਾਡੀ ਕਿਤੇ ਵੀ ਕੋਈ ਸੁਣਵਾਈ ਨਹੀਂ ਹੈ। ਅਸੀਂ ਤੁਹਾਡੇ ਚੈਨਲ ਨਾਲ ਆਹੀ ਰਿਕੁਐਸਟ ਕਰ ਰਹੇ ਹਾਂ ਵੀ ਸਾਡੀ ਆ ਗੰਦੇ ਪਾਣੀ ਦਾ, ਜਿਹੜਾ ਅਸੀਂ ਨਰਕ ਵਿੱਚ ਜੀ ਰਹੇ ਹਾਂ, ਸਾਨੂੰ ਇਹਦਾ ਹੱਲ ਕੀਤਾ ਜਾਵੇ। ਪਾਣੀ ਦੀ ਨਿਕਾਸੀ ਕੋਈ ਵੀ ਨਹੀਂ ਹੈਗੀ ਤੇ ਮਕਾਨ ਢਹਿਣ ਦੇ ਕਿਨਾਰੇ ਤੇ ਖੜੇ ਹੋਏ ਨੇ ਕਈ, ਤੇ MLA ਸਾਹਿਬ ਕੋਲ ਜਾ ਕੇ ਆਇਆ, DC ਦਫ਼ਤਰ ਤੇ ਕਮੇਟੀ ਵਾਲਿਆਂ ਕੋਲ ਕਈ ਵਾਰੀ ਜਾ ਕੇ ਆਇਆ, ਕੋਈ ਸੁਣਵਾਈ ਨਹੀਂ ਹੋ ਰਹੀ। ਸਰਕਾਰ ਪਿੰਡਾਂ ਤੇ ਸ਼ਹਿਰਾਂ ਦੇ ਵਿਕਾਸ ਦੇ ਲਈ ਕਰੋੜਾਂ ਰੁਪਏ ਖਰਚ ਕਰਦੀ ਹੈ, ਪਰ ਜੇਕਰ ਪੈਸਾ ਸਹੀ ਜਗ੍ਹਾ ਖਰਚ ਹੋਇਆ ਹੁੰਦਾ ਤਾਂ ਸ਼ਾਇਦ ਇਸ ਸਮੱਸਿਆ ਦਾ ਹੱਲ ਹੁੰਦਾ ਤੇ ਲੋਕਾਂ ਨੂੰ ਇਹਨਾਂ ਮੁਸ਼ਕਿਲਾਂ ਦਾ ਸਾਹਮਣਾ ਨਹੀਂ ਕਰਨਾ ਪੈਂਦਾ। ਬਠਿੰਡਾ ਤੋਂ ਉਮੇਸ਼ ਸਿੰਗਲਾ ਦੀ ਰਿਪੋਰਟ, News 18 ਪੰਜਾਬ। ਮਹਿਲਾਵਾਂ ਦਾ ਇਹ ਪ੍ਰਦਰਸ਼ਨ ਤੇ ਸੜਕ ਤੇ ਵਗ ਰਿਹਾ ਇਹ ਗੰਦਾ ਪਾਣੀ ਇਸ ਗੱਲ ਦੀ ਗਵਾਹੀ ਦੇ ਰਹੇ ਨੇ ਕਿ ਇਲਾਕੇ 'ਚ ਕਿਸ ਹੱਦ ਤੱਕ ਵਿਕਾਸ ਹੋਇਆ। ਇਹ ਤਸਵੀਰਾਂ ਬਠਿੰਡਾ ਦੇ ਪਿੰਡ ਲਹਿਰਾ ਮੁਹੱਬਤ ਦੀਆਂ ਨੇ, ਜਿੱਥੇ ਪਿੰਡ ਦੀਆਂ ਗਲੀਆਂ ਦੇ ਵਿੱਚ ਗੰਦਾ ਪਾਣੀ ਵਗ ਰਿਹਾ। ਜੇਕਰ ਤੁਸੀਂ ਸੜਕ ਪਾਰ ਕਰਨੀ ਹੈ ਤਾਂ ਤੁਹਾਨੂੰ ਪਹਿਲਾਂ ਇਸ ਗੰਦੇ ਪਾਣੀ ਤੋਂ ਨਿਕਲਣਾ ਪੈਣਾ। ਇਸ ਪਾਣੀ ਦੇ ਨਾਲ ਲੋਕਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ। ਇਹ ਗੰਦਾ ਪਾਣੀ ਲੋਕਾਂ ਦੇ ਘਰਾਂ ਦੇ ਅੰਦਰ ਜਾ ਰਿਹਾ। ਹਾਂਜੀ ਵੀਰ ਜੀ, ਸਾਨੂੰ ਬਹੁਤ ਸਮੱਸਿਆ ਆਉਂਦੀ ਹੈ। ਨੰਗਲ ਲੱਗਿਆ ਸਾਡੇ ਬਹੁਤ, ਰੋਟੀ ਨਹੀਂ ਸਾਡੇ ਤੋਂ ਖਾਧੀ ਜਾਂਦੀ ਹੈਗੀ। ਜੇ ਅਸੀਂ ਰੋਟੀ ਬਣਾ ਲੈਂਦੇ ਹਾਂ ਪਰ ਅਸੀਂ ਲੰਘਾਉਣੀ ਔਖੀ ਹੋ ਜਾਂਦੀ ਆ। ਵੋਟਾਂ ਲੈਣ ਵਾਸਤੇ ਸਾਰੇ ਆ ਜਾਂਦੇ ਆ ਪਰ ਸਾਡੀ ਆਹ ਸਮੱਸਿਆ ਕਿਸੇ ਨੂੰ ਨਹੀਂ ਦੇਖਦੀ। ਹੱਥ ਜੋੜ ਕੇ ਬੇਨਤੀ ਹੈ ਜੀ, ਸਾਡਾ ਹੱਲ ਕਰਨਾ ਚਾਹੀਦਾ। ਸਾਰੀਆਂ ਨਾਲੀਆਂ ਉੱਚੀਆਂ ਹੋ ਗਈਆਂ ਸਾਡੀ, ਨਾ ਨਾਲੀਆਂ ਬਣੀਆਂ ਨਾ ਗਲੀ ਉੱਚੀ ਹੋਈ ਆ। ਪਾਣੀ ਦੀ ਬਹੁਤ ਸਮੱਸਿਆ ਹੈ ਸਾਡੇ ਮਹੱਲੇ ਦੇ ਵਿੱਚ। ਤਕਰੀਬਨ ਸਾਰੇ ਪਿੰਡ 'ਚ ਸਾਡਾ ਇੱਕ ਮਹੱਲਾ ਹੈ ਜਿੱਥੇ ਪਾਣੀ 'ਤੇ ਬਹੁਤ ਜ਼ਿਆਦਾ ਪ੍ਰੋਬਲਮ ਆ, ਗੰਦੇ ਪਾਣੀ ਦੀ ਨਿਕਾਸੀ ਬਿਲਕੁਲ ਨਹੀਂ। ਇਸ ਲਈ ਅਸੀਂ ਤਾਂ ਇਹੀ ਬੇਨਤੀ ਕਰਦੇ ਹਾਂ ਵੀ ਜਿਹੜੀ ਸਾਡੇ ਪਾਣੀ ਦੀ ਨਿਕਾਸੀ ਆ ਉਹ ਕਰੀ ਜਾਵੇ। ਨਰਕ 'ਚ ਜੀ ਰਹੇ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਗੰਦੇ ਪਾਣੀ ਦੀ ਵਜ੍ਹਾ ਦੇ ਨਾਲ ਬਿਮਾਰੀਆਂ ਫੈਲ ਰਹੀਆਂ ਨੇ। ਇਲਾਕੇ ਤੇ ਵਿਧਾਇਕ ਤੇ ਪ੍ਰਸ਼ਾਸਨ ਦੇ ਵੱਲੋਂ ਸਮੱਸਿਆ ਦਾ ਕੋਈ ਹੱਲ ਨਹੀਂ ਕੱਢਿਆ ਜਾ ਰਿਹਾ। ਡੀਸੀ ਆਫਿਸ ਅਸੀਂ ਜਾਇਆ, ਇੱਕ ਕਮੇਟੀ 'ਚ ਅਸੀਂ ਫੋਨ ਕਰ ਕਰਕੇ ਥੱਕ ਗਏ। MLA ਸਾਹਿਬ ਕੋਲ ਅਸੀਂ ਜਾਇਆ, ਸਾਡੀ ਕਿਤੇ ਵੀ ਕੋਈ ਸੁਣਵਾਈ ਨਹੀਂ ਹੈ। ਅਸੀਂ ਤੁਹਾਡੇ ਚੈਨਲ ਨਾਲ ਆਹੀ ਰਿਕੁਐਸਟ ਕਰ ਰਹੇ ਹਾਂ ਵੀ ਸਾਡੀ ਆ ਗੰਦੇ ਪਾਣੀ ਦਾ, ਜਿਹੜਾ ਅਸੀਂ ਨਰਕ ਵਿੱਚ ਜੀ ਰਹੇ ਹਾਂ, ਸਾਨੂੰ ਇਹਦਾ ਹੱਲ ਕੀਤਾ ਜਾਵੇ। ਪਾਣੀ ਦੀ ਨਿਕਾਸੀ ਕੋਈ ਵੀ ਨਹੀਂ ਹੈਗੀ ਤੇ ਮਕਾਨ ਢਹਿਣ ਦੇ ਕਿਨਾਰੇ ਤੇ ਖੜੇ ਹੋਏ ਨੇ ਕਈ।
ਤੇ ਐਮਐਲਏ ਸਾਹਿਬ ਕੋਲ ਜਾ ਕੇ ਆਇਆ, ਡੀਸੀ ਦਫਤਰ ਤੇ ਕਮੇਟੀ ਵਾਲਿਆਂ ਕੋਲ ਕਈ ਵਾਰੀ ਜਾ ਕੇ ਆਇਆ, ਕੋਈ ਸੁਣਵਾਈ ਨਹੀਂ ਹੋ ਰਹੀ। ਸਰਕਾਰ ਪਿੰਡਾਂ ਤੇ ਸ਼ਹਿਰਾਂ ਦੇ ਵਿਕਾਸ ਦੇ ਲਈ ਕਰੋੜਾਂ ਰੁਪਏ ਖਰਚ ਕਰਦੀ ਹੈ, ਪਰ ਜੇਕਰ ਪੈਸਾ ਸਹੀ ਜਗ੍ਹਾ ਖਰਚ ਹੋਇਆ ਹੁੰਦਾ ਤਾਂ ਸ਼ਾਇਦ ਇਸ ਸਮੱਸਿਆ ਦਾ ਹੱਲ ਹੁੰਦਾ ਤੇ ਲੋਕਾਂ ਨੂੰ ਇਹਨਾਂ ਮੁਸ਼ਕਿਲਾਂ ਦਾ ਸਾਹਮਣਾ ਨਹੀਂ ਕਰਨਾ ਪੈਂਦਾ। ਬਠਿੰਡਾ ਤੋਂ ਉਮੇਸ਼ ਸਿੰਗਲਾ ਦੀ ਰਿਪੋਰਟ, ਨਿਊਜ਼ 18 ਪੰਜਾਬ।